ਸੱਭਿਆਚਾਰ, ਸੰਸਕ੍ਰਿਤੀ ਤੇ ਬਹਾਦਰ ਕਹਾਣੀਆਂ ਨੂੰ ਦੱਸ ਰਹੀ ਹੈ, ਦਿਖਾ ਰਹੀ। ਸੋ ਡੇਰਾ ਬੱਸੀ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਝਾਕੀਆਂ ਪਹੁੰਚੀਆਂ ਸਨ ਤੇ ਸਥਾਨਕ ਲੋਕਾਂ ਦੇ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ, ਸ਼ਲਾਘਾ ਕੀਤੀ ਗਈ ਇਹਨਾਂ ਝਾਕੀਆਂ ਦੀ। ਇਹਨਾਂ ਝਾਕੀਆਂ ਦੇ ਵਿੱਚ ਪੰਜਾਬ ਦੇ ਅਮੀਰ ਵਿਰਸੇ ਇਤਿਹਾਸ ਦੀ ਝਲਕ ਮਿਲਦੀ ਹੋਈ ਦਿਖਾਈ ਦਿੱਤੀ ਹੈ, ਜਿੱਥੇ ਸ਼ਹੀਦਾਂ ਦੀ ਕਹਾਣੀਆਂ ਇਸ ਝਾਕੀ ਦੇ ਜ਼ਰੀਏ ਦਿਖਾਈਆਂ ਗਈਆਂ ਨੇ। ਪੰਜਾਬ ਦਾ ਅਮੀਰ ਵਿਰਸਾ ਦਿਖਾਇਆ ਗਿਆ, ਕਿਸ ਤਰੀਕੇ ਦੇ ਨਾਲ ਪੰਜਾਬ ਦਾ ਸੱਭਿਆਚਾਰ ਸਦੀਆਂ ਤੋਂ ਇਸ ਤਰੀਕੇ ਦੇ ਨਾਲ ਹੀ ਲੋਕਾਂ ਨੂੰ ਆਪਣੀ ਓਰ ਖਿੱਚ ਰਿਹਾ ਅਤੇ ਇੱਕ ਵਾਰ ਫਿਰ ਤੋਂ ਇਹ ਝਾਕੀਆਂ ਖਿੱਚ ਦਾ ਕੇਂਦਰ ਰਹੀਆਂ ਨੇ। ਸੋ ਪਹਿਲੀ ਝਾਂਕੀ ਜਿਸ ਦੇ ਵਿੱਚ ਸ਼ਹੀਦਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਸਨ, ਪੰਜਾਬ ਦੇ ਉਹ ਆਜ਼ਾਦੀ ਘੁਲਾਟੀਏ ਜਿਨ੍ਹਾਂ ਨੇ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਆਪਣੀਆਂ ਜਾਨਾਂ ਵਾਰ ਦਿੱਤੀਆਂ, ਦੂਜੀ ਸੋਚ ਨਹੀਂ ਰੱਖੀ। ਮਾਈ ਭਾਗੋ ਜੀ ਦੀ ਝਾਕੀ, ਉਸ ਤੋਂ ਬਾਅਦ ਪੰਜਾਬ ਦੇ ਖੇਡ ਦੇ ਬਾਰੇ ਅਤੇ ਪੰਜਾਬ ਦੇ ਅਮੀਰ ਵਿਰਸੇ ਦੇ ਬਾਰੇ ਔਰ ਕੀ ਕੁਝ ਬਦਲਾਅ ਕੀਤੇ ਗਏ ਨੇ ਪੰਜਾਬ ਦੇ ਵਿੱਚ, ਕਿਸ ਤਰੀਕੇ ਦੇ ਨਾਲ ਕ੍ਰਾਂਤੀ ਹਰ ਖੇਤਰ ਦੇ ਵਿੱਚ ਲਿਆਂਦੀ ਗਈ ਹੈ, ਉਸਦੀ ਝਾਕੀ ਵੀ ਇਸ ਦੇ ਵਿੱਚ ਸ਼ਾਮਲ ਕੀਤੀ ਗਈ। ਸੋ ਦੱਸ ਦਈਏ ਕਿ ਪੂਰੇ ਪੰਜਾਬ ਦੇ ਵਿੱਚ ਪਿੰਡ ਪਿੰਡ ਤੱਕ ਇਹਨਾਂ ਝਾਕੀਆਂ ਨੂੰ ਦਿਖਾਇਆ ਜਾਣਾ। ਪੰਜਾਬ ਦੇ ਅਮੀਰ ਵਿਰਸੇ ਦੀ ਝਾਤ ਪਾਉਂਦੀਆਂ ਹੋਈਆਂ ਇਹ ਝਾਕੀਆਂ ਡੇਰਾ ਬਸਤੀ ਪਹੁੰਚੀਆਂ ਸਨ, ਲੋਕਾਂ ਨੇ ਭਰਵਾਂ ਸਵਾਗਤ ਕੀਤਾ। ਅਤੇ ਉੱਧਰ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਇਸੇ ਕੜੀ ਅਧੀਨ ਖੰਨਾ ਦੇ ਪਿੰਡ ਘੁੰਗਰਾਲੀ ਰਾਜਪੂਤਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਗਈ। ਇੱਥੇ ਸਕੂਲ ਸਟਾਫ ਦੇ ਵੱਲੋਂ ਪਹਿਲੀ ਵਾਰ ਸਾਲਾਨਾ ਸਮਾਗਮ ਕਰਾਇਆ ਗਿਆ। ਉਡਾਣ 2024 ਦੇ ਨਾਮ ਉੱਪਰ ਇਹ ਸਮਾਗਮ ਹੋਇਆ। ਇਸਦੀ ਬਣਤਰ ਨਿੱਜੀ ਸਕੂਲਾਂ ਨੂੰ ਵੀ ਮਾਤ ਦੇ ਰਹੀ ਸੀ। ਸਮਾਗਮ 'ਚ ਹਲਕਾ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਪਹੁੰਚੇ ਅਤੇ ਸਕੂਲ ਸਟਾਫ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸਰਕਾਰੀ ਸਕੂਲ ਨਿੱਜੀ ਸਕੂਲਾਂ ਤੋਂ ਘੱਟ ਨਹੀਂ ਹਨ। ਦੂਜੇ ਪਾਸੇ ਸਕੂਲ ਦੀ ਮੁਖੀ ਨੇ ਕਿਹਾ ਕਿ ਸਕੂਲ ਦੇ 137 ਬੱਚੇ ਹਨ, ਸਾਰਿਆਂ ਨੇ ਸਮਾਗਮ 'ਚ ਕਿਸੇ ਨਾ ਕਿਸੇ ਐਕਟੀਵਿਟੀ ਦੇ ਵਿੱਚ ਭਾਗ ਲਿਆ। ਮੈਨੂੰ ਬਹੁਤ ਅੱਛਾ ਲੱਗ ਰਿਹਾ ਕਿ ਮੇਰੇ ਪਿੰਡ ਦਾ ਇਹ ਸਕੂਲ ਵੀ ਤਰੱਕੀਆਂ ਦੀਆਂ ਰਾਹਾਂ 'ਤੇ ਜਾ ਰਿਹਾ ਆ। ਜਿਹੜੇ ਪਬਲਿਕ ਸਕੂਲਾਂ ਦੇ ਵਿੱਚ ਬੱਚੇ ਪੜ੍ਹਦੇ ਸੀ ਪਹਿਲਾਂ, ਉਹ ਹੌਲੀ ਹੌਲੀ ਹੱਟ ਹੱਟ ਕੇ ਸਾਡੇ ਸਰਕਾਰੀ ਸਕੂਲ ਦੇ ਵਿੱਚ, ਪ੍ਰਾਇਮਰੀ ਸਕੂਲ ਦੇ ਵਿੱਚ ਐਡਮਿਸ਼ਨ ਲੈ ਰਹੇ ਨੇ। ਦਿਨੋਂ ਦਿਨ ਸਟਰੈਂਥ ਵੱਧ ਰਹੀ ਆ, ਕਿਉਂਕਿ ਮੈਂ ਫੋਨ 'ਤੇ ਵੀ ਇਹਨਾਂ ਦੇ ਸਟਾਫ ਦੇ ਨਾਲ ਹਰ ਸਮੇਂ ਅਟੈਚ ਰਹਿੰਦਾ, ਮੇਰੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਇਹਨਾਂ ਦੀ। ਮੈਨੂੰ ਬਹੁਤ ਅੱਛਾ ਲੱਗਿਆ ਅੱਜ ਦਾ ਪ੍ਰੋਗਰਾਮ ਦੇਖ ਕੇ। ਸਰ ਐਕਚੁਲੀ ਅਸੀਂ ਹਰ ਸਾਲ ਕੋਈ ਨਾ ਕੋਈ ਵੱਡਾ ਇਵੈਂਟ ਕਰਵਾਉਂਦੇ ਹਾਂ। ਸਾਨੂੰ ਹੁੰਦਾ ਕਿ ਜੋ ਸਾਡੇ ਪਿੰਡ ਦੇ ਲੋਕ ਹੈ ਉਹਨਾਂ ਵਿੱਚ ਜੋ ਸਾਡੇ ਬੱਚਿਆਂ ਦਾ ਟੈਲੈਂਟ ਹੈ ਉਸਨੂੰ ਅਸੀਂ ਦਿਖਾ ਸਕੀਏ, ਜੋ ਸਾਡੇ ਸਕੂਲ ਦੇ ਵਿੱਚ ਫੈਸਿਲਿਟੀਜ਼ ਹੈ ਜੋ ਗਵਰਨਮੈਂਟ ਵੱਲੋਂ ਦਿੱਤੀਆਂ ਨੇ, ਜਾਂ ਜੋ NRIs ਉਹ ਪਿੰਡ ਦੇ ਲੋਕ ਦਾਨੀ ਸੱਜਣ ਸਾਡੀ ਹੈਲਪ ਕਰਦੇ ਆ, ਉਹਨਾਂ ਦਾ ਬਣਦਾ ਮਾਨ ਸਨਮਾਨ ਕਰ ਸਕੀਏ ਅਤੇ ਆਪਣੇ ਬੱਚਿਆਂ ਦੇ ਟੈਲੈਂਟ ਨੂੰ ਲੋਕਾਂ ਸਾਹਮਣੇ ਪੇਸ਼ ਕਰ ਸਕੀਏ। ਇਸ ਲਈ ਅਸੀਂ ਸਕੂਲ ਨੂੰ ਸਟਾਫ ਨੇ ਮਿਲ ਕੇ ਇਸ ਗੱਲ ਨੂੰ ਸੋਚਿਆ ਕਿ ਸਕੂਲ ਦੇ ਵਿੱਚ ਇੱਕ ਵੱਡਾ ਐਨੂਅਲ ਡੇ ਮਨਾਇਆ ਜਾਵੇ, ਜਿਸ ਵਿੱਚ ਅਸੀਂ ਸਾਰੇ ਪਿੰਡ ਦਾ ਯੋਗਦਾਨ ਹੈ ਜੋ ਨਾਲ ਲਿਆ। ਮੈਂ ਤਾਂ ਇਹ ਮੰਨਦਾ ਵੀ ਇਹ ਬਲਾਕ ਦਾ ਜਿਹੜਾ ਪਹਿਲੇ ਨੰਬਰਾਂ ਦਾ ਸਕੂਲ ਆ, ਔਰ ਮੈਂ ਜਿੰਨਾ ਦੇਖਿਆ ਇਸ ਸਟਾਫ ਦਾ, ਮਾਪਿਆਂ ਦਾ ਅਤੇ ਨਗਰ ਨਿਵਾਸੀਆਂ ਦਾ ਬਹੁਤ ਸਹਿਯੋਗ ਆ। ਔਰ ਅੱਜ ਤੁਸੀਂ ਆਪ ਦੇਖ ਰਹੇ ਹੋ ਜੋ ਇਹਨਾਂ ਦਾ ਸਾਲਾਨਾ ਅਨਾਮਬੜ ਸਮਾਰੋਹ ਹੋ ਰਿਹਾ ਹੈ, ਉਹ ਪੂਰਾ ਇੰਨਾ ਮਾਤ ਪਾ ਰਿਹਾ ਹੈ ਦੂਜੇ ਪ੍ਰਾਈਵੇਟ ਸਕੂਲਾਂ ਨੂੰ। ਇਸ 'ਤੇ ਤੁਸੀਂ ਦੇਖਿਆ ਹੋਣਾ ਬੱਚਿਆਂ ਨੇ ਕਿੰਨੀ ਸੋਹਣੀ ਪਰਫੋਰਮੈਂਸ ਕੀਤੀ ਹੈ। ਐਨੂਅਲ ਫੰਕਸ਼ਨ ਹੈ ਇਹ, ਔਰ ਉਰੇ ਦੇ ਸਾਰੇ ਸਟਾਫ ਦਾ
ਸਪੈਸ਼ਲੀ ਜਿੰਨੇ ਵੀ ਉਰੇ ਪ੍ਰਿੰਸੀਪਲ ਜਿਹੜੇ ਹੈਗੇ ਨੇ ਅਤੇ ਉਹਨਾਂ ਦੇ ਨਾਲ ਸਾਰਾ ਐਡਜੋਇਨਿੰਗ ਸਟਾਫ, ਉਹਨਾਂ ਦਾ ਵੀ ਵਿਸ਼ੇਸ਼ ਤੌਰ 'ਤੇ ਜਿਹਨੂੰ ਕਹਿੰਦੇ ਵੀ ਵੱਡਾ ਯੋਗਦਾਨ ਹੈ। ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਾਂਗੇ, ਜਲਦ ਹਾਜ਼ਰ ਹੋਵਾਂਗੇ।